ਦੇ ਵਿੱਚ ਅਸੀਂ ਰਾੜਾ ਸਾਹਿਬ ਕੋਲੇ ਸਾਡਾ ਪਿੰਡ ਆ ਧੌਲ ਮਾਜ ਦਾ, ਉੱਥੋਂ ਆ ਕੇ ਅਸੀਂ ਜਨਤਾ ਨਗਰ ਦੇ ਵਿੱਚ 27 ਨੰਬਰ ਗਲੀ ਦੇ ਵਿੱਚ, ਇੱਥੋਂ ਵੱਡੇ ਮੇਰੇ ਸੀਗੇ ਯਾਰ ਭਰਾ, ਅਸੀਂ ਉੱਥੇ ਰਿਹਾਇਸ਼ਾਂ ਵੀ ਉੱਥੇ ਸੀਗੀਆਂ, ਕੰਮ ਵੀ ਉੱਥੇ ਸਟਾਰਟ ਕੀਤਾ 1970-71 ਦੇ ਵਿੱਚ। ਉਦੋਂ ਬਾਅਦ ਵੀ ਮਿਹਨਤਾਂ ਕਰ ਕਰਕੇ ਪਰਮਾਤਮਾ ਨੇ ਜੋ ਵੀ ਹੈ, ਹੁਣ ਇੱਥੇ ਲੁਧਿਆਣੇ ਦੇ ਵਿੱਚ ਲੋਟੇ ਗਰੁੱਪ, ਲੋਟੇ ਕੰਡਿਆਂ ਵਾਲੇ, ਜਿਹਨੂੰ ਮਰਜ਼ੀ ਪੁੱਛੋ, ਹਾਂਜੀ ਮਿਹਨਤ ਮਤਲਬ ਇਹੀ ਹੈ ਵੀ ਸੱਚਾਈ ਤੇ ਚੱਲਦੇ ਰਹੇ ਹਾਂ। ਉਹਦੇ ਨਾਲ ਪਰਮਾਤਮਾ ਨੇ ਬਹੁਤ ਵਧੀਆ ਸਾਡਾ ਸਾਥ ਦਿੱਤਾ, ਸਾਰੇ ਭਰਾਵਾਂ ਦਾ ਵਧੀਆ, ਸਾਰਿਆਂ ਦੇ ਕੰਮ ਕਾਰ ਨੇ, ਤੇ ਬਾਕੀ ਸਿਲਾਈ ਮਸ਼ੀਨ ਦਾ ਹਾਂ, ਸਿਲਾਈ ਮਸ਼ੀਨ ਦੇ ਪਾਰਟ ਸਾਡੇ ਬਣਦੇ ਨੇ, ਸਾਡੇ ਫਰਨਸ ਲੱਗੀ ਆ, ਕਢਾਈ ਕਰਕੇ ਅਸੀਂ ਸਿਲਾਈ ਮਸ਼ੀਨ ਦੀਆਂ ਬੋਡੀਆਂ ਤਿਆਰ ਕਰਦੇ ਹਾਂ, ਤੇ ਬਾਕੀ ਸਾਡੇ ਧਰਮ ਕੰਡੇ ਨੇ ਇੱਥੇ ਲੁਧਿਆਣੇ ਦੇ ਵਿੱਚ, ਹਾਂਜੀ ਮਿਹਨਤ ਕੀਤੀ ਆ, ਹੁਣ ਤੱਕ ਕਰਦੇ ਆ ਰਹੇ ਹਾਂ, ਵਧੀਆ ਕਰਨੀ ਚਾਹੀਦੀ ਆ। ਮੈਂ ਤਾਂ ਹੋਰ ਸੱਜਣਾ ਮਿੱਤਰਾਂ ਨੂੰ ਵੀ ਕਹੂੰ ਵੀ ਸੱਚੇ ਮਨ ਨਾਲ ਮਿਹਨਤ ਕਰੋ, ਆਪੇ ਪਰਮਾਤਮਾ ਉਹਦਾ ਤੁਹਾਡਾ ਸਾਥ ਦੇਏਗਾ। ਮਸ਼ੀਨਾਂ ਇੱਥੇ ਦਿੰਦੇ ਹੋ ਬਾਹਰ ਵੀ ਜਾਂਦੀਆਂ? ਆਪਾਂ ਇੱਥੇ ਦੇ ਐਕਸਪੋਰਟਰਾਂ ਨਾਲ ਅਟੈਚ ਹਾਂ, ਤੇ ਜਿਹਦੇ ਐਕਸਪੋਰਟਰਾਂ ਨਾਲ ਕੰਮ ਕਰਦੇ ਹਾਂ ਉਹਨਾਂ ਨੂੰ ਤਿਆਰ ਕਰਕੇ ਆਪਾਂ ਦਿੰਦੇ ਹਾਂ, ਤੇ ਬੜਾ ਵਧੀਆ ਕਿਰਪਾ ਉਹਦੀ ਹੈ ਪਰਮਾਤਮਾ ਦੀ। ਸਰ ਕਿੰਨੇ ਸਾਲ ਹੋ ਗਏ? ਇਹਦੀ 73 ਦਾ ਮੇਰਾ ਸੇਲ ਟੈਕਸ ਨੰਬਰ ਆ, ਜਿਹੜੀ ਆਪਣੀ ਵਿਸ਼ਕਰਮਾ ਮਕੈਨੀਕਲ ਵਿਸ਼ਕਰਮਾ ਮਕੈਨੀਕਲ ਕਾਰਪੋਰੇਸ਼ਨ, ਇਹਦਾ 73 ਦਾ ਸੇਲ ਟੈਕਸ ਨੰਬਰ ਮੇਰਾ ਤਿਆਰ। 70 ਦੇ ਵਿੱਚ ਸਟਾਰਟ ਕੀਤਾ ਸੀ, 1973 ਚ ਆਪਾਂ ਨੰਬਰ ਲੈ ਲਿਆ, ਪਰਮਾਤਮਾ ਨੇ ਰਹਿ ਸਾਡੀ ਇਧਰ ਅਰਬਨ ਸਟੇਟ ਆ ਜਮਾਲਪੁਰ, ਤੇ ਬੜਾ ਵਧੀਆ ਬੇਟੇ ਨਾਲ ਸਾਥ ਦੇ ਰਹੇ ਨੇ ਜੀ, ਕਰਦੇ ਆ ਕੰਮ। ਓਕੇ ਸਰ, ਥੈਂਕ ਯੂ।